ਉਹ ਬੱਲੇ ਹਾਂਜੀ ਤਿਆਰ ਨਹੀਂ ਤਿਆਰ ਹੈ ਯਾਰ ਜਰਾਬਾਂ ਪਾਉਣੀਆਂ ਯਾਰ ਟਾਈਮ ਹੋ ਗਿਆ ਮੈਂ ਨਾ ਆਪਣੇ ਮਿੱਤਰ ਨੂੰ ਲੈਣ ਗਿਆ ਘਰ ਆਪਣੇ ਉਹਦੇ ਘਰ ਆਪਣੇ ਨਹੀਂ ਉਹਦੇ ਘਰ ਤੇ ਉਹ ਨਾ ਕਿਸੇ ਮੰਜੇ ਥੱਲੇ ਦੇਖੀ ਜਿਵੇਂ ਕਦੇ ਕਿਸੇ ਮੰਜੇ ਥੱਲੇ ਦੇਖੀ ਜਿਵੇਂ ਕਹਿੰਦੇ ਕੀ ਕਰੀ ਜਾਂਦਾ ਜਰਾ ਕੁ ਘੁੰਮਦਾ ਰਿਹਾ ਫਿਰ ਆਪਣੇ ਘਰ ਆਈ ਨੂੰ ਆਵਾਜ਼ ਮਾਰ ਕੇ ਕਹਿੰਦਾ ਕੱਲ ਮੈਂ ਆਪਣੀਆਂ ਜਰਾਬਾਂ ਕਿੱਥੇ ਰੱਖੀਆਂ ਸੀ ਮੈਂ ਕਿਹਾ ਇਹਦਾ ਮਤਲਬ ਇਹਨੂੰ ਪੁਰਾਣੀਆਂ ਜਰਾਬਾਂ ਪਾਉਣੀਆਂ ਜਰਾਬਾਂ ਰੋਜ਼ ਧੋ ਲਓ ਉਹ ਨਵੀਆਂ ਅੰਡਰਵੇਅਰ ਦੇ ਜਰਾਬਾਂ ਰੋਜ਼ ਧੋਣੀਆਂ ਚਾਹੀਦੀਆਂ ਕੀ ਪੀਣਾ ਕਾਫੀ ਸਾਡੇ ਨਾ ਗੁਆਂਢ 'ਚ ਬਿੱਲੀਆਂ ਰੱਖੀਆਂ ਆ ਹੋਣੀਆਂ ਕਿਸੇ ਨੇ ਵਾਇਲਡ ਤਾਂ ਇੱਥੇ ਘੱਟੇ ਹੀ ਆ ਪਰ ਇਹ ਬਿੱਲੀ ਐਸਾ ਜਾਨਵਰ ਆ ਵਾਇਲਡ ਹੀ ਰਹਿੰਦਾ ਤੇ ਉਹ ਨਾ ਇੰਨਾ ਉਹਨਾਂ ਨੇ ਰਾਤੀ ਰੌਲਾ ਪਾਇਆ ਤੇ ਮੈਨੂੰ ਨੀਂਦ ਨਾ ਆਵੇ ਕੀ ਹੋਇਆ ਉਹਨਾਂ ਦੀ ਪੁਰਾਣੀ ਗੱਲ ਬਿੱਲੀ ਦੀ ਯਾਦ ਆ ਗਈ ਸਾਡੇ ਪਿੰਡ ਦੀ ਸੋਰੀ ਤੁਹਾਡੀ ਗੱਲ ਘਟਦਾ ਵਿੱਚ ਸਾਡੇ ਪਿੰਡ ਹੈ ਨਾ ਜੁਆਇੰਟ ਫੈਮਿਲੀ ਸੀ ਰਹਿੰਦੇ ਤੇ ਉਹਨਾਂ ਦੇ ਘਰ ਵਿੱਚ ਪਹਿਲਾਂ 10-11 ਜੀ ਹੋਣੇ ਆ ਨਾ ਤੇ ਉੱਪਰ ਆ ਕੇ ਧੱਕੇ ਨਾਲ ਬਿੱਲੀ ਰਹਿਣ ਲੱਗ ਪਏ ਉਹਨਾਂ ਦੇ ਅੱਗ ਲੈਣ ਆਈ ਤਾਂ ਘਰ ਵਾਲੀ ਬਣ ਬੈਠੀ ਬਸ ਬਸ ਕਹਿੰਦੇ ਸਾਨੂੰ ਰੋਟੀ ਛੋੜ ਤੈਨੂੰ ਕਿੱਥੋਂ ਖਲਾਈ ਹੈ ਨਾ ਉਹ ਵਿਚਾਰਾ 4-5 ਦਾ ਰਹੀ ਬੰਦੇ ਨੇ ਚੱਕੀ ਬਿੱਲੀ ਚੱਕ ਕੇ ਦੂਰ ਛੱਡਣਾ ਕਿਤੇ ਬੱਸੇ ਹੈ ਨਾ ਤੇ ਸਤਨੌਰ ਤੋਂ ਬੱਸ ਫੜੀ ਬੱਸ ਫੜ ਕੇ ਹਲੇ ਸੈਲੇ ਤੋਂ ਪਹਿਲਾਂ ਹੀ ਕੰਡਕਟਰ ਆਇਆ ਕਹਿੰਦਾ ਟਿਕਟ ਕਹਿੰਦਾ ਉਹਨੇ ਕੱਢੇ 2 ਰੁਪਏ ਜੋ ਵੀ ਟਿਕਟ ਹੋਊਗੀ ਕਹਿੰਦਾ ਲਓ ਜੀ ਇੱਕ ਦੇ ਦਿਓ ਕਹਿੰਦਾ ਇੱਕ ਨਹੀਂ ਇਹਦੀ ਵੀ ਲੱਗਣੀ ਆ ਬਿੱਲੀ ਦੀ ਵੀ ਲੱਗਣੀ ਆ ਨਾ ਉਹਨੇ ਵਿੰਡੋ ਖੋਲੀ ਹੈ ਨਾ ਬਿੱਲੀ ਜਾ ਕੇ ਬਾਹਰ ਸੱਟਦੀ ਕਹਿੰਦਾ ਕਿਹੜੀ ਬਿੱਲੀ ਤੇ ਜਦੋਂ ਫਿਰ ਬਾਅਦ ਘਰ ਆਇਆ 20 ਮਿੰਟ ਤੁਰਿਆ ਆਵੇ ਹਾਂ ਮੈਂ ਕਿਹਾ ਅੰਕਲ ਬਿੱਲੀ ਦਾ ਕੀ ਹੋਇਆ ਕਹਿੰਦਾ ਪਤਾ ਨੀ ਜਾਂ ਡਿੱਗਦੀ ਨੂੰ ਕੁੱਤੇ ਪੈ ਗਏ ਸੀ ਹੁਣ ਪਤਾ ਨੀ ਕੀ ਬਣਨਾ ਉਹਦਾ ਹੁਣ ਪਤਾ ਹੀ ਜੇ ਕੁੱਤੇ ਪੈ ਗਏ ਉਹ ਨਹੀਂ ਜਾਣਦੇ ਨੀ ਹੁਣ ਤਾਂ ਪਤਾ ਹੀ ਆ ਕੀ ਬਣਨਾ ਮੈਨੂੰ ਗੱਲ ਯਾਦ ਆਈ ਇੱਕ ਵਾਰ ਮੈਂ ਕਾਰਟੂਨ ਸ਼ੋਅ ਦੇਖਾਂ ਬੱਚਿਆਂ ਦਾ ਤੇ ਉਹ ਕੁੜੀ ਆ ਕੇ ਮੁੰਡੇ ਨੂੰ ਕਹਿੰਦੀ ਤੂੰ ਸਵੀਟ ਬਹੁਤ ਆ ਇੰਗਲਿਸ਼ ਚ ਪੁੱਛਦੀ ਆ ਹਾਉ ਕਮ ਯੂ ਆਰ ਸੋ ਸਵੀਟ ਕਹਿੰਦਾ ਜਦੋਂ ਮੇਰੀ ਮੰਮੀ ਕਹਿੰਦੀ ਮੈਂ ਛੋਟਾ ਜਿਹਾ ਹੁੰਦਾ ਸੀਗਾ ਨਾ ਤੇ ਨਾ ਮੈਨੂੰ ਖੰਡ ਦੇ ਡਰਾਮਾ 'ਚ ਟੋਕਿਆ ਸੀ ਮਾਈ ਮਾਮ ਡਿਪਡ ਮੀ ਇਨਟੂ ਸ਼ੂਗਰ ਬੈਰਲਸ ਇੱਥੇ ਕਲਾ ਲਈ ਇਹਨਾਂ ਟੁੱਟ ਜਾਣਾ ਅੱਜ ਤੁਸੀਂ 5 ਵਾਰੀ ਸਿੱਟਿਆ ਘੱਟੋ ਘੱਟ ਅੱਜ ਮੈਂ ਕਹਾਣੀ ਸੁਣਾਉਣਾ ਤੁਹਾਨੂੰ ਇਹਦੇ ਨਾਲ ਦੀ ਨਾ ਵਧੀਆ ਸੋ ਇਹਦੇ ਨਾਲ ਲੱਗਦੀ ਕਹਾਣੀ ਇਹ ਆ ਕਿ ਜਿੱਦਾਂ ਡਿੱਗਿਆ ਨਾ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਅੱਜ ਇਹ ਟੁੱਟ ਜਾਣਾ ਇੱਕ ਨਾ ਸਾਡੇ ਘਰ ਪ੍ਰਾਹੁਣੇ ਆਏ ਉਹ ਤੇ ਇੱਕ ਜੋਸ਼ੀ ਆ ਗਿਆ ਭਾਈ ਮੈਂ ਆਪਕੋ ਆਪਕਾ ਭਵਿਸ਼ਾ ਬਤਾਉਂ ਇਹ ਉਹ ਨਾ ਸਾਡੇ ਕੋਲ ਆ ਕੇ ਅਸੀਂ ਮੰਜਿਆਂ ਤੇ ਬੈਠੇ ਸੀਗੇ ਤੇ ਮੰਜੇ ਦੇ ਸਾਡੇ ਦੇ ਕੋਲ ਬਹਿ ਗਿਆ ਉਹ ਨਾਲ ਆਪਣੀ ਕਮੰਡਲੀ ਦੇ ਰੱਖ ਨਿਕਲੀ ਜਾਈ ਤੇ ਉਹਦੇ ਵਿੱਚ ਦਾਣੇ ਪਏ ਤੇ ਉਹਦੇ ਵਿੱਚ ਨਾ ਮਧੋੜੀ ਮਧੋੜੀ ਕਹਿੰਦੇ ਕਿ ਦਮੋੜੀ ਕਹਿੰਦੇ ਮਧੋੜੀ ਭਰਿੰਡ ਭਰਿੰਡ ਚਮਕੀਲੇ ਨੇ ਭਰਿੰਡ ਵਰਤਿਆ ਤੇ ਉਹਨਾਂ ਭਰਿੰਡ ਵਿੱਚ ਬੈਠਾ ਮਧੋੜੀ ਬੈਠੀ ਦਮੋੜੀ ਬੈਠੀ ਸੰਗਤਾਰ ਕਹਿੰਦਾ ਤੈਂ ਤਾਂ ਮੈਨੂੰ ਮੇਰਾ ਭਵਿਸ਼ਯ ਦੱਸਣਾ ਕਿ ਨਹੀਂ ਇਹ ਤਾਂ ਮੈਨੂੰ ਹੁਣ ਪਤਾ ਨਹੀਂ ਤੂੰ ਸੱਚ ਦੱਸੂਗਾ ਕਿ ਨਹੀਂ ਪਰ ਮੈਂ ਤੈਨੂੰ ਤੇਰਾ ਦੱਸ ਦਿੰਦਾ ਤੇਰੇ 5 ਮਿੰਟ ਦੇ ਵਿੱਚ ਉਹ ਲੱਗ ਜਾਣੀ ਬਹੁਤ ਚੰਗਾ ਲੱਗਾ ਅੱਜ ਰਾਜ ਸੰਧੂ ਜੀ ਥੈਂਕ ਯੂ ਯਾਰ ਸੱਚੀ ਮੈਨੂੰ ਬਹੁਤ ਵਧੀਆ ਲੱਗਾ ਸੀ ਕਾਫੀ ਦੇਰ ਬਾਅਦ ਡਰਾਈਵਿੰਗ ਬਹੁਤ ਅੱਛੀ ਸੀਗੀ ਰਾਤੀ ਸਾਨੂੰ ਮੋਟਰ ਤੇ 2 ਵੱਜ ਗਏ ਇਹਨਾਂ ਨੇ ਲਿਖਿਆ ਬਹੁਤ ਪਿਆਰੀ ਰੂਹ ਆ ਚਲੋ ਸਾਡੇ ਸਾਡੀ ਖੁਸ਼ ਨਸੀਬੀ ਲਓ ਜੀ ਬਹੁਤ ਪਲੈਜ਼ੈਂਟ ਰਾਈਡ ਸੀਗੀ ਥੈਂਕ ਯੂ ਸਾਨੂੰ ਮੋਟਰ ਤੇ 2 ਵੱਜ ਗਏ ਰਾਤੀ ਸਾਨੂੰ